ਕਿੰਨੇ ਜ਼ਮੀਨ ਦਾ ਪੈਸਾ ਨਾ ਲੈਣ ਦੇਣ ਦਾ ਰੌਲਾ ਸੀਗਾ ਸਾਰਾ ਜੀ? ਆਪਾਂ ਨੂੰ ਦੱਸਿਆ ਹੀ ਕੋਈ ਨਹੀਂ ਜੀ, ਆਪਦੀ ਮਰਜ਼ੀ ਨੇ ਬਣਾਈ ਫਿਰਦੇ। ਅੱਛਾ, ਕੋਈ ਸਾਸੀ ਉਹਦੀ ਫਸਲ ਆ ਫਸਲ ਛੋੜ ਦੇ ਸਾਂਗੇ, ਕੋਈ ਸਾਨੂੰ ਹਿਸਾਬ ਕਿਤਾਬ ਨਹੀਂ ਫਸਲ ਦਾ ਦਿੱਤਾ ਹੈਗਾ, ਪੁੱਤ ਮੇਰੇ ਨੂੰ ਪਿਆ ਕੇ ਤੋੜ ਦਿੰਦੇ ਸੀ। ਤੇ ਇਹ ਜਿਹੜਾ ਸੁਨੀਲ ਕੁਮਾਰ ਜੱਗੀ ਹੈ ਕਿ ਦਰਬਾਰ ਆੜਤੀ ਆਈ, ਇਹਦੇ ਨਾਲ ਪਾਲ ਸਿੰਘ ਭੁੱਲਰ ਆ, ਇਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਸੀ, ਇਹਨਾਂ ਨੇ ਸੈਨ ਸੂਨ ਨਕਲੀ ਕਰਾ ਲਏ ਸੀਗੇ, ਅਤੇ ਇਹਨਾਂ ਨੂੰ ਫੋਨ ਲਾ ਕੇ ਵੀ ਕਹਿੰਦੇ ਸੀ ਸਾਰੀ ਜ਼ਮੀਨ 'ਤੇ ਤੁਹਾਡੀ 'ਤੇ ਕਬਜ਼ਾ ਕਰ ਲੈਣਾ, ਕਦੇ ਮੁੰਡੇ ਨੂੰ ਧਮਕੀਆਂ ਦਿੰਦੇ ਸੀਗੇ। ਮੇਰੇ ਭਰਾ ਨੇ ਸੀਗੀ, ਉਹਨੇ ਨਾ ਨਿਆਂ ਦਿੱਤਾ, ਉਹਨੇ ਆਤਮਹੱਤਿਆ ਕੀਤੀ ਆਪਦੀ, ਇਹਨਾਂ ਤੋਂ ਦੁੱਖੇ ਹੋ ਕੇ 5 ਲੱਖ ਰੁਪਇਆ ਮੇਰੀ ਮਾਤਾ ਦੇ ਖਾਤੇ 'ਚ ਪਵਾਇਆ ਸੀ, ਉਹ ਵੀ ਕਢਾ ਕੇ ਵਾਪਸ ਲੈ ਗਏ ਉਹਦੇ ਚੱਕਰ। ਇਹ ਕਿੰਨਾ ਮੰਗਦੇ ਸੀ, ਅਸੀਂ 11 ਕਿਨਾਲ ਪੈ ਜਾਂਦੇ ਸੀ ਅਤੇ ਸਾਡੇ ਨਾਲ ਨਿਬੜ ਗਈ, ਪਰ ਉਹ ਬੰਦਾ ਕਿਸੇ ਗੱਲ 'ਤੇ ਨਹੀਂ ਆਇਆ। ਹਮੇਸ਼ਾ ਹੁਣ ਡਰਾਉਂਦੇ ਧਮਕਾਉਂਦੇ ਸੀ, ਫੋਨ 'ਚ ਵੀ ਕਹਿੰਦੇ ਸੀ ਅਸੀਂ ਹਾਜ਼ਰੀ ਲਵਾਉਣ ਲੱਗੇ, ਮੇਰੇ ਬੱਚੇ ਨੂੰ ਵੀ ਪਰੇਸ਼ਾਨ ਕਰਦੇ ਸੀ, ਇਸ ਟੈਨਸ਼ਨ 'ਚ ਰਹਿੰਦੇ ਸੀ ਹਮੇਸ਼ਾ। ਅੰਡਰ ਸੈਕਸ਼ਨ 306 IPC ਦਾ ਪਰਚਾ ਦਰਜ ਕਰਤਾ ਜੀ, ਪੋਸਟਮਾਰਟਮ ਕਰਵਾਈ ਜਾਂਦੇ ਹਾਂ, ਕਰਵਾ ਕੇ ਵਾਰਸਾਂ ਦੇ ਹਵਾਲੇ ਨਾਸ਼ ਕਰ। ਕਿੰਨੇ ਬੰਦੇ? ਇਹ 3 ਬੰਦਿਆਂ 'ਤੇ ਮੁਕੱਦਮਾ ਬਰਖਲਾਫ ਦਰਜ। ਕਿਸਾਨ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਕੀਤੀ ਜੀਵਨ ਲੀਲਾ ਸਮਾਪਤ। ਮਾਮਲਾ ਹੈ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਆੜਤੀ ਅਤੇ ਉਸਦੇ ਸਾਥੀਆਂ ਵੱਲੋਂ ਤੰਗ ਪਰੇਸ਼ਾਨ ਕਰਨ ਦਾ। ਦੁਖੀ ਹੋ ਕੇ ਕਿਸਾਨ ਨੇ ਚੁੱਕਿਆ ਇਹ ਕਦਮ। ਪਿੰਡ ਘੱਗਾ ਦੇ ਇੱਕ ਕਿਸਾਨ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਹਰਮੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਨੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਦੁਖੀ ਹੋ ਕੇ ਖੁਦ ਨੂੰ ਮੌਤ ਦੇ ਘਾਟ ਉਤਾਰ ਲਿਆ, ਜਿਸ ਨੂੰ ਪਹਿਲਾਂ ਮਲੋਟ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਜਾਂਦਾ ਹੈ, ਫਿਰ ਭੁੱਚੋ ਆਦੇਸ਼ ਮੈਡੀਕਲ ਕਾਲਜ ਲਿਜਾਇਆ ਗਿਆ, ਜਿੱਥੇ ਕਿਸਾਨ ਹਰਮੰਦਰ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਬਲਵਿੰਦਰ ਕੌਰ ਦੇ ਦੱਸਣ ਮੁਤਾਬਕ ਆੜਤੀ ਵੱਲੋਂ ਪਰਨੋਟਾਂ ਅਸ਼ਟਾਮਾਂ 'ਤੇ ਦਸਤਖਤ ਕਰਾ ਕੇ ਰੱਖੇ ਸੀ, ਜਿਸ ਕਰਕੇ ਉਹ ਧੱਕੇ ਨਾਲ ਜ਼ਮੀਨ ਦੀ ਰਜਿਸਟਰੀ ਕਰਾਉਣਾ ਚਾਹੁੰਦਾ ਸੀ। ਇਸ ਦੇ ਨਾਲ ਹੀ ਆੜਤੀ ਵੱਲੋਂ ਇੱਕ ਹੋਰ ਕਿਸਾਨ ਜੰਗੀਰ ਸਿੰਘ ਨਾਲ ਮਿਲ ਕੇ ਉਹਨਾਂ ਦੀ ਜ਼ਮੀਨ ਦੀ ਰਜਿਸਟਰੀ ਕਰਾਉਣਾ ਚਾਹੁੰਦੇ ਸੀ ਅਤੇ ਇਸੇ ਪਰੇਸ਼ਾਨੀ ਕਾਰਨ ਉਸਦੇ ਪਤੀ ਹਰਮੰਦਰ ਸਿੰਘ ਨੇ ਇਹ ਕਦਮ ਚੁੱਕਿਆ। ਮ੍ਰਿਤਕ ਦੀ ਪਤਨੀ ਦਾ ਇਹ ਵੀ ਕਹਿਣਾ ਹੈ ਕਿ ਮਰਨ ਤੋਂ ਪਹਿਲਾਂ ਹਸਪਤਾਲ ਦੇ ਵਿੱਚ ਹਰਮੰਦਰ ਸਿੰਘ ਦੇ ਵੱਲੋਂ ਇੱਕ ਵੀਡੀਓ ਰਾਹੀਂ ਬਿਆਨ ਵੀ ਦਿੱਤੇ ਗਏ ਨੇ, ਸੋ ਕੀ ਉਹ ਬਿਆਨ ਦਿੱਤੇ ਨੇ ਤੁਹਾਨੂੰ ਵੀ ਸੁਣਾ ਦਿੰਦੇ ਹਾਂ। ਦੱਸ ਦੋ। ਪਾਲ ਸਿੰਘ ਭੁੱਲਰ। ਪਾਲ ਸਿੰਘ ਭੁੱਲਰ ਹੋਰ? ਸੁਨੀਲ ਕੁਮਾਰ ਜੱਖੜ। ਹੈਂ? ਸੁਨੀਲ ਕੁਮਾਰ ਜੱਗੀ। ਸੁਨੀਲ ਕੁਮਾਰ ਜੱਗੀ, ਇਹ ਕੌਣ ਹੈ? ਇਹ ਨੰਬਰ ਹੈ 94-179-507-54-194-54-307। ਇਹ ਕੀ ਕਹਿੰਦੇ ਤੈਨੂੰ? ਤੰਗ ਪਰੇਸ਼ਾਨ ਉਹਨਾਂ ਨੇ ਪਰਨੋਟ 'ਤੇ ਸੈਨ ਕਰਵਾ ਲਏ ਸੀ ਜੀ, ਖਾਲੀ 'ਤੇ ਦੋਵਾਂ ਭਰਾਵਾਂ ਦੇ ਸੈਨ ਕਰਵਾਏ ਸੀ। ਸੈਨ ਕਰਵਾ ਕੇ ਉਹ ਪਹਿਲੀ ਅੱਗੇ ਜਗੀਰ ਸਿੰਘ ਨੂੰ ਦੇ ਤੀ, ਵਾਸੀ ਪਿੰਡ ਕੌਣੀ, ਉਹਨਾਂ ਨੂੰ ਦੇ ਤੀ ਹੈ। ਉਹ 8 ਕਿੱਲਿਆਂ ਦਾ ਸਟੇ ਲੈ ਗਏ ਸੀ, ਇਸ ਕਰਕੇ ਉਹ ਟੈਨਸ਼ਨ 'ਚ ਰਹਿੰਦੇ। ਉਹਨਾਂ ਨੇ ਇਹਨਾਂ ਨੂੰ ਕਿਹਾ ਸੀ ਮੇਰੇ ਨਾਲ ਨਿਬੜ ਜਾਓ, ਇਹ ਕਿੱਲਾਂ ਮੰਗਦੇ ਸੀ, ਅਸੀਂ 11 ਕਿਨਾਲਾ ਪੈਲ ਦਿੰਦੇ ਸੀ, ਤੁਸੀਂ ਸਾਡੇ ਨਾਲ ਨਿਬੜ ਜਾਓ, ਪਰ ਉਹ ਬੰਦਾ ਕਿਸੇ ਗੱਲ 'ਤੇ ਨਹੀਂ ਆਇਆ। ਹਮੇਸ਼ਾ ਹੁਣ ਡਰਾਉਂਦੇ ਧਮਕਾਉਂਦੇ ਸੀ, ਫੋਨ 'ਚ ਵੀ ਕਹਿੰਦੇ ਸੀ ਅਸੀਂ ਹਾਜ਼ਰੀ ਲਵਾਉਣ ਲੱਗੇ, ਮੇਰੇ ਬੱਚੇ ਨੂੰ ਵੀ ਪਰੇਸ਼ਾਨ ਕਰਦੇ ਸੀ, ਇਸ ਟੈਨਸ਼ਨ 'ਚ ਰਹਿੰਦੇ ਸੀ ਜੀ ਹਮੇਸ਼ਾ। ਹੋਰ ਵੀ ਜਿਵੇਂ ਮਾਤਾ ਦੀ ਜ਼ਮੀਨ ਵੀ ਉਹਨਾਂ ਨੇ ਕੋਈ ਕਰੇ? ਹਾਂਜੀ, ਮਾਤਾ ਦੀ ਜ਼ਮੀਨ ਵੀ ਉਹਨਾਂ ਨੇ ਬਿਆਨਾ ਕਰਵਾਇਆ ਜੀ, ਪਰ ਉਹਨਾਂ ਨੇ ਕੁਛ ਦਿੱਤਾ ਨਹੀਂ ਆਪਾਂ ਨੂੰ। ਉਹਨਾਂ ਨੇ ਬੈਂਕ ਜਾ ਕੇ ਉੱਥੇ ਚੈੱਕ ਲਾ ਕੇ ਮਾਤਾ ਦੇ ਸੈਨ ਕਰਵਾ ਕੇ ਉਹ ਪੇਮੈਂਟ ਕਢਾ ਲਈ, ਕਹਿੰਦੇ ਕਿ ਤੁਹਾਨੂੰ ਇਕੱਠਾ ਬਿਆਨਾ ਦੇਵਾਂਗੇ, ਅਤੇ ਉਹ ਸਟੇਟਮੈਂਟ ਬੈਂਕ ਦੀ ਉਹਨਾਂ ਨੇ ਉੱਪਰ ਲਾਈ ਹੈ ਪਰਨੋਟ ਦੀ। ਹੁਣ ਕੀ ਮੰਗ ਹੈ ਪੁਲਿਸ ਪ੍ਰਸ਼ਾਸਨ ਤੋਂ?
ਮੰਗ ਅਸੀਂ ਇਹ ਇਨਸਾਫ ਹੀ ਮੰਗਦੇ ਹਾਂ, ਸਾਡੇ ਬੰਦੇ ਨੂੰ ਇਨਸਾਫ ਮਿਲੇ। ਬਾਕੀ ਉਹਨਾਂ ਨੇ ਬਿਆਨ ਦਿੱਤੇ ਹੋਏ ਜੀ, ਜਦੋਂ ਉਹਨਾਂ ਨੇ ਇਹ ਚੀਜ਼ ਖਾਧੀ ਆ ਉਦੋਂ ਉਹਨਾਂ ਨੇ ਡਾਕਟਰ ਸਾਹਿਬ ਕੋਲ ਬਿਆਨ ਦਿੱਤੇ, ਉਹਨਾਂ ਦੀ ਵੀਡੀਓ ਬਣੀ ਹੋਈ ਹੈ। ਕੀ ਨਾਮ ਹੈ ਜੀ? ਗੁਰਜੀਤ ਸਿੰਘ ਜੀ। ਕੀ ਘਟਨਾ ਤੁਹਾਡੇ ਭਰਾ ਨਾਲ ਘਟੀ? ਮੇਰੇ ਭਰਾ ਨਾਲ ਘਟੀ ਆੜਤੀਆਂ ਨਾਲ ਹੀ ਕੋਈ ਲੈਣ ਦੇਣ, ਠੀਕ ਹੈ ਜੀ। ਉਹਨੇ ਇਹਨੂੰ ਆਖਿਆ ਮੈਨੂੰ ਇਕੱਲਾ ਖਾ ਲਈ ਸਟਾਮਾ ਅਤੇ ਸੈਨ ਕਰਾ ਲਏ ਜੀ ਸਾਡੇ ਦੋਵਾਂ ਤੋਂ। ਫਿਰ ਉਹਨੇ ਚੱਕ ਕੇ ਗਾਂਹ ਦੇਤੇ, ਫਿਰ ਕੌਣੀ ਦੇ ਬੰਦਿਆਂ ਨੂੰ ਦਿੱਤੇ ਉਹ। ਫਿਰ ਉਹ ਗਾਂਹ ਦੇ ਕੇ ਜ਼ਮੀਨ ਟੁੱਟ ਗਈ ਉਹਨਾਂ ਨਾਲ 8 ਕਿੱਲੇ। ਫਿਰ ਜ਼ਮੀਨ ਜਦੋਂ ਟੁੱਟ ਗਈ ਸਾਡੀ ਉਹਨਾਂ ਨਾਲ, ਅਸੀਂ ਫਿਰ ਇਹਨੂੰ ਕੋਲ ਆਖਿਆ ਸਾਡੇ ਨਾਲ ਧੱਕਾ ਨਾ ਕਰ। ਇਹ ਕਹਿੰਦਾ ਫਿਰ ਤੁਸੀਂ ਮੈਨੂੰ ਮਾਤ ਵਾਲੀ ਜ਼ਮੀਨ ਨਾ ਮੇਰੇ ਕਰਵਾਓ ਕਿੱਲਾ ਇੱਕ। ਅਸੀਂ ਆਖਿਆ ਕਿੱਲੇ ਥਾਂ 11 ਕਰਾਂ ਵਾਲਾ ਥਾਂ ਕਰਾ ਲਾ, ਵੀ ਸਾਡਾ ਖਹਿੜਾ ਛੱਡ ਦਿਉ। ਇਹ ਕਹਿੰਦਾ ਮੈਨੂੰ ਮਾਤਾ ਦੀ ਜ਼ਮੀਨ ਕਰਾਓ ਨਾ। ਇਹਨੇ ਮਾਤਾ ਦੀ ਜ਼ਮੀਨ ਦਾ ਸਟਾਮ ਲੈ ਲਏ, ਭਾਰ ਭੁੱਲਰ ਨਾਲ ਉਹ ਕਰਵਾ ਤੀ ਇਹਨੇ ਉਹਦੀ ਘਰ ਦੀ ਨਾਲ। ਅੱਛਾ ਜੀ, ਕਰਾ ਕੇ ਮੇਰੇ ਭਰਾ ਨੇ ਖੀਰੀ ਉਹਨੇ ਨਵਾਂ ਨਿਆਂ ਦਿੱਤਾ, ਫਿਰ ਉਹਨੇ ਆਤਮ ਹੱਤਿਆ ਕੀਤੀ ਆਪਦੀ। ਇਹਨਾਂ ਤੋਂ ਦੁੱਖੇ ਹੋ ਕੇ 5 ਲੱਖ ਰੁਪਇਆ ਮੇਰੀ ਮਾਤਾ ਦੇ ਖਾਤੇ 'ਚ ਪਵਾਇਆ ਸੀ, ਉਹ ਵੀ ਕਢਾ ਕੇ ਵਾਪਸ ਲੈ ਗਏ ਇਹ ਚੱਕਰ। ਆੜਤੀ ਕਿਹੜਾ ਸੀ ਪਹਿਲਾਂ ਜਿਹੜਾ ਜਨ ਲੈਣ ਦੇਣ ਚੱਲਦਾ ਸੀ? ਜਗਜੀਤ ਸਿੰਘ ਜੀ ਅਤੇ ਭਾਰ ਭੁੱਲਰ ਜਿਹੜਾ ਜੀ ਇਹਦੇ ਨਾਲ ਰਹਿੰਦਾ ਸੀ ਜੀ, ਇਹਦੇ ਨਾਲ ਗਵਾਹੀਆਂ ਗੁਵਾਹੀਆਂ ਵੀ ਦਿੰਦਾ ਸੀ ਜੀ। ਹਾਂਜੀ, ਹੁਣ ਕੀ ਮੰਗ ਹੈ ਪੁਲਿਸ ਪ੍ਰਸ਼ਾਸਨ ਤੋਂ? ਇਹੀ ਤਾਂ ਸਾਡਾ ਹੱਕ ਮਿਲਣਾ ਚਾਹੀਦਾ ਜੀ। ਸਾਡਾ ਪ੍ਰੋਪਰਟੀ ਸਾਰੀ ਮੰਗਦਾ ਸੀ ਜੀ, ਇਹਨੂੰ ਪ੍ਰੋਪਰਟੀ ਦੱਸ ਦਿਓ ਜੀ ਕਿਵੇਂ ਲਈ ਜੀ, ਕਿਵੇਂ ਲਈ ਜੀ ਜੀ, ਇਹ ਤਾਂ ਇਹ ਗੱਲ ਆ ਨਹੀਂ ਜੀ। ਇਹੋ ਹੀ ਮੇਰੇ ਭਰਾ ਦੇ ਬਿਆਨ ਆ ਜੀ, ਦੇ ਕੇ ਗਿਆ ਜੀ ਉਹ। ਹਾਂਜੀ, ਸੰਸਕਾਰ ਵਗੈਰਾ ਕਰਤਾ ਕਿ ਹਜੇ ਨਹੀਂ ਕੀਤਾ ਜੀ? ਪੁਲਿਸ ਕੀ ਕਹਿ ਰਹੀ ਹੈ ਵੀ ਹੁਣ? ਪੁਲਿਸ ਕੁਛ ਨਹੀਂ ਹਜੇ ਕਹਿ ਰਹੀ ਜੀ, ਹਜੇ ਪੁਲਿਸ ਰੱਖੀ ਬੈਠੀ ਹੈ ਜੀ, ਨਾ ਕੋਈ ਬੰਦਾ ਫੜਿਆ ਨਾ ਕੋਈ ਬੰਦੇ ਨੂੰ ਕੋਈ। ਹਜੇ ਮੇਰਾ ਭਰਾ ਤਾਂ ਜਾਣ ਗਵਾ ਗਿਆ ਜੀ, ਉਹਨੂੰ ਪਤਾ ਜੀ ਕੁਛ ਵੀ ਨਹੀਂ ਕਿਹਾ ਉਹਨਾਂ ਨੂੰ। ਹਾਂਜੀ ਮਾਤਾ ਜੀ, ਕੀ ਨਾਮ ਹੈ? ਦਲਜੀਤ ਕੌਰ। ਕੀ ਘਟਨਾ ਹੋਈ ਹੈ ਜੋ ਆਪਣੇ? ਬਸ ਆੜਤ ਕੇ ਤੰਗ ਕਰਦੇ ਸੀ ਜੀ ਉਹਨੂੰ, ਜਦੋਂ ਸ਼ਹਿਰ ਜਾਂਦਾ ਸੀ ਧਮਕੀਆਂ ਦਿੰਦੇ ਸੀਗੇ, ਤੇਰੀ ਪੈਲੀ ਵਾਹ ਲੈਣੀ, ਤੇਰੀ ਪੈਲੀ ਵਾਹ ਲੈਣੀ। ਕਿੰਨੇ ਜ਼ਮੀਨ ਦਾ ਪੈਸਿਆਂ ਦਾ ਲੈਣ ਦੇਣ ਦਾ ਰੌਲਾ ਸੀਗਾ ਸਾਰਾ ਜੀ? ਆਪਾਂ ਨੂੰ ਦੱਸਿਆ ਹੀ ਕੋਈ ਨਹੀਂ ਜੀ, ਆਪਦੀ ਮਰਜ਼ੀ ਨਾਲ ਬਣਾਈ ਫਿਰਦੇ ਸੀ। ਅੱਛਾ, ਕੋਈ ਅਸੀਂ ਉਹਦੀ ਫਸਲ ਫਸਲ ਸੁੱਟਦੇ ਸਾਂਗੇ, ਕੋਈ ਸਾਨੂੰ ਹਿਸਾਬ ਕਿਤਾਬ ਨਹੀਂ ਫਸਲ ਦਾ ਦਿੱਤਾ ਹੈਗਾ, ਪੁੱਤ ਮੇਰੇ ਨੂੰ ਪਿਆ ਕੇ ਤੋੜ ਦਿੰਦੇ ਸੀਗੇ। ਹੁਣ ਫਿਰ ਹੁਣ ਕੀ ਕਹਿੰਦੇ ਸੀ ਗਾੜਤ ਕੇ ਜਦੋਂ, ਹੁਣ ਜਦੋਂ ਇਹ ਘਟਨਾ ਸਾਰਾ ਉਹਨਾਂ ਨੇ ਇਹ ਕਦਮ ਚੁੱਕਿਆ ਇਹਨੂੰ? ਉਹ ਕਹਿੰਦੇ ਸੀ ਵੀ ਤੇਰੀ ਪਹਿਲਾਂ ਤੈਨੂੰ ਕਹਿੰਦੇ ਆ ਵੀ ਆਪਦੀ ਮਾਤਾ ਦੀ ਪਿਆਲੀ ਦੇ ਦੇ ਨੰਬਰ, ਇਹ ਕਹਿੰਦਾ ਚੱਲ ਕਿੱਲਾ ਤੁਸੀਂ ਮੰਗਦੇ ਜੇ ਮੈਂ ਤੁਹਾਨੂੰ 11 ਕਨਾਲਾਂ ਦੇ ਦਿੰਦਾ ਆ, ਮੇਰਾ ਖਹਿੜਾ ਛੱਡ ਦਿਓ ਤੁਸੀਂ। ਫਿਰ ਇਹਨਾਂ ਨੇ ਮੈਥੋਂ ਪ੍ਰਨੋਟ ਕਰਾਇਆ, ਹਾਂ ਮੈਥੋਂ ਪ੍ਰਨੋਟ ਕਰਾ ਕੇ ਮੇਰੇ ਖਾਤੇ 'ਚ 5 ਲੱਖ ਰੁਪਇਆ ਪਾਇਆ ਇਹਨਾਂ ਨੇ। ਉੱਥੋਂ ਜਦੋਂ ਬੈਂਕ 'ਚ 5 ਲੱਖ ਕਢਾ ਕੇ ਇਹਨਾਂ ਨਾਲ ਨਾਲ ਮੈਥੋਂ ਫੜ ਲਿਆ, ਫੜ ਕੇ ਦੇ ਆਪਦੀ ਡਿੱਗੀ 'ਚ ਰੱਖ ਲਏ ਪੈਸੇ, ਮੈਨੂੰ 1 ਪੈਸਾ ਨਹੀਂ ਦਿੱਤਾ ਇਹਨਾਂ ਨੇ। ਕਹਿੰਦੇ ਵੀ ਤੈਨੂੰ ਫਿਰ ਇਕੱਠੇ ਦੇਵਾਂਗੇ। ਉਹ ਦਿੱਤੇ ਨਹੀਂ ਪੈਸੇ ਤੁਹਾਨੂੰ? ਫਿਰ ਨਹੀਂ ਦਿੱਤੇ ਜੀ। ਹੁਣ ਕੀ ਮੰਗ ਹੈ ਪੁਲਿਸ? ਮੈਂ ਮੇਰੀ ਮੰਗ ਇਹੋ, ਮੇਰੇ ਪੁੱਤ ਦਾ ਮੁੱਲ ਪੜ ਜਾਂਦਾ, ਇਹ ਮੇਰਾ ਕੰਮ ਸਾਫ ਹੋ ਜਾਵੇ। ਉਧਰੀ ਦੂਜੇ ਪਾਸੇ ਮਲੋਟ ਸਦਰ ਥਾਣਾ ਦੀ ਪੁਲਿਸ ਦੇ ਅਨੁਸਾਰ ਬਲਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਤੇ ਸੁਨੀਲ ਕੁਮਾਰ ਜੱਜੀ, ਪਾਲ ਸਿੰਘ ਅਤੇ ਜਗੀਰ ਸਿੰਘ ਵਿਰੁੱਧ ਆਤਮ ਹੱਤਿਆ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ। ਪੁਲਿਸ ਵੱਲੋਂ ਅਗਲੀ ਜਾਂਚ ਕੀਤੀ ਜਾ ਰਹੀ ਹੈ। ਇਹ ਮਿਤੀ 7/6/2023 ਨੂੰ ਲਿੰਕ ਰੋਡ ਜਿਹੜੀ ਜੰਡ ਵਾਲੇ ਤੋਂ ਮੱਲ ਵਾਲਾ ਨੂੰ ਜਾਂਦੀ ਹੈ ਸਿਲਵਰ ਪਾਮ ਤੋਂ ਨੇੜਿਓ, ਉੱਥੇ ਸੂਬੇ 'ਤੇ ਇਸ ਬੰਦੇ ਨੇ ਇੱਧਰੋਂ ਮਲੋਟ ਤੋਂ ਜਾਂਦੇ ਵਕਤ ਜਿਹੜਾ ਸਲਫਾਸ ਦੀਆਂ ਗੋਲੀਆਂ ਉੱਥੇ ਨਲਕਾ ਸੀ, ਨਲਕੇ 'ਤੇ ਬੈਠ ਕੇ ਇਹਨੇ ਖਾ ਲਈਆਂ ਸੀ। ਇਹਨਾਂ ਦੇ ਵਾਰਸਾਂ ਨੇ ਇਹਨੂੰ ਜਨੇਜਾ ਹੋਸਪਿਟਲ ਦਾਖਲ ਕਰਵਾਤਾ, ਉਸ ਤੋਂ ਬਾਅਦ ਇਹਨੂੰ ਰੈਫਰ ਹੋ ਗਿਆ ਜੀ ਦੇਸ ਹੋਸਪਿਟਲ ਭੁੱਚੋ। ਇਹਦਾ ਜਿਹੜਾ ਨਾਮ ਮਰਨ ਵਾਲੇ ਦਾ ਹਰਮਿੰਦਰ ਸਿੰਘ ਸਨ ਉਹ ਗੁਰਨਾਮ ਸਿੰਘ ਵਾਸੀ ਪਿੰਡ ਘੱਗਾ, ਇਹਦੀ ਉਮਰ ਕਰੀਬ 40 ਸਾਲ ਹੈ, ਖੇਤੀਬਾੜੀ ਦਾ ਕੰਮ ਕਰਦਾ ਸੀ ਇਹ। ਕਾਰਨ ਇਹੀ ਦੱਸ ਰਹੇ, ਇਹਦੀ ਵਾਈਫ ਦੇ ਬਿਆਨ 'ਤੇ ਅਸੀਂ FIR ਦਰਜ ਕੀਤੀ ਹੈ ਜੀ। ਉਹ ਕਹਿੰਦੀ ਹੈ ਵੀ ਜਿਹੜੇ ਇਹਨਾਂ ਦਾ ਆੜਤੀਆਂ ਨਾਲ ਪੈਸਿਆਂ ਦਾ ਲੈਣ ਦੇਣ ਸੀ ਅਤੇ ਉਹਨਾਂ ਨੇ ਜਿਹੜੇ ਇਕਰਾਰਨਾਮੇ ਇਹਨਾਂ ਦੀ ਜ਼ਮੀਨ ਦੇ ਲਿਖ ਲਏ ਸੀ, ਉਹਦੇ ਵਿੱਚ ਇਹਨਾਂ ਨੇ ਕਿਹਾ ਵੀ ਤੂੰ ਜਿੰਨੇ
ਸਾਡੇ ਪੈਸੇ ਉਨੀ ਜ਼ਮੀਨ ਤੋਂ ਸਾਡੇ ਤੋਂ ਲੈ ਲਾ 11 ਕਨਾਲਾਂ ਦੇ ਕਰੀਬ, ਬਾਕੀ ਸਾਡੇ ਇਕਰਾਰਨਾਮੇ ਵਾਪਸ ਕਰ ਦੇ। ਇਹਨੇ ਵਾਪਸ ਨਹੀਂ ਕੀਤੇ ਜੀ ਇਹਨਾਂ ਨੇ, ਤੇ ਉਹਨੇ ਜਿਹੜਾ ਉਹ ਪਰੇਸ਼ਾਨ ਹੋ ਕੇ ਸਲਫਾ ਦੀਆਂ ਗੋਲੀਆਂ ਖਾ ਲਈਆਂ। ਕੀ ਕਾਰਨ? ਇਹਦੇ ਵਿੱਚ ਅਸੀਂ FIR ਨੰਬਰ 53 ਮਿਤੀ ਅੱਜ ਦੀ 9/6/2023 ਅੰਡਰ ਸੈਕਸ਼ਨ 306 IPC ਦਾ ਪਰਚਾ ਦਰਜ ਕਰਤਾ ਜੀ। ਪੋਸਟਮਾਰਟਮ ਕਰਵਾਈ ਜਾਂਦੇ ਹਾਂ, ਕਰਵਾ ਕੇ ਵਾਰਸਾਂ ਦੇ ਹਵਾਲੇ ਲਾਸ਼ ਕਰਦੇ। ਕਿੰਨੇ ਬੰਦੇ? ਇਹ 3 ਬੰਦਿਆਂ ਤੇ ਮੁਕਦਮਾ ਬਰਖਲਾਫ ਦਾ। ਗ੍ਰਿਫਤਾਰੀ ਤਾਂ ਅਜੇ ਟਾਈਮ ਨਹੀਂ ਮਿਲਿਆ ਜੀ, ਇਸੇ ਆ ਤੁਰੇ ਫਿਰਦੇ ਨੇ ਇਹਦੇ 'ਚ। ਹੁਣ ਇਸ ਤੋਂ ਬਾਅਦ ਨਾਲ ਨਾਲ ਗ੍ਰਿਫਤਾਰ ਕਰਾਂਗੇ ਇਹਨਾਂ ਨੂੰ, ਤੁਰੰਤ ਬੰਦੀ ਕਾਰਵਾਈ ਜਿਹੜੀ ਉਹ ਕੀਤੀ ਜਾਏਗੀ। ਤਫਤੀਸ਼ ਦੌਰਾਨ ਜੋ ਸਾਹਮਣੇ ਆਏਗਾ। A1 ਮੀਡੀਆ ਲਈ ਸ਼੍ਰੀ ਮੁਕਤਸਰ ਸਾਹਿਬ ਤੋਂ ਬੁੱਟਾ ਸਿੰਘ ਦੀ ਖਾਸ ਰਿਪੋਰਟ।